एक ही है डिवेलपमेंट विकास जिहड़ा पांच साल जे तो वांझे रहे लोग बाकी वेलफेयर स्कीम लोगों नूं इक्को इक्के गल ते दबा रहा कर्नल जोशी मंत्री भी सीगा साइकल ते लोगों को आंदा लोगों ने मन बना लिया कि किसी होर नूं मूंह ही नहीं लाते पाए ਤਾਂ ਜੋਸ਼ੀ ਜੀ ਪਹੁੰਚੇ ਨੇ ਯਾਸੀਨ ਰੋਡ ਗੱਲਬਾਤ ਕਰ ਲੈਣਾ ਜੋਸ਼ੀ ਸਾਹਿਬ ਕਿਸੇ ਦਾ ਹੁੰਗਾਰਾ ਮਿਲਿਆ ਤੁਹਾਡੇ ਸਾਹਮਣੇ ਹੀ ਆ ਸਭ ਸਾਰੇ ਹੀ ਬਿਲਕੁਲ ਨਾਲ ਆ ਸਭ ਵੇਟ ਕਰਦੇ ਪਏ ਕਿਹੜੇ ਮੁੱਦੇ ਰਹਿਣਗੇ ਇਸ ਵਾਰ ਜਿਹੜੇ ਤੁਸੀਂ ਲੋਕਾਂ ਤਾਈਂ ਪਹੁੰਚ ਕਰ ਰਹੇ ਹੋ ਮੁੱਦਾ ਇੱਕੋ ਹੀ ਆ ਡਿਵੈਲਪਮੈਂਟ ਵਿਕਾਸ ਜਿਹੜਾ ਪੰਜ ਸਾਲ ਜੇ ਤੋਂ ਵਾਂਝੇ ਰਹੇ ਲੋਕ ਬਾਕੀ ਵੈਲਫੇਅਰ ਸਕੀਮਾਂ ਜਿਹੜੀਆਂ ਅਸੀਂ ਚਲਾਉਂਦੇ ਸੀ ਇਹਨਾਂ ਨੇ ਬੰਦ ਕਰਤੀਆਂ ਕਾਂਗਰਸ ਨੇ असी बहुत सुचारू रूप दे विच जिथे डिवेलपमेंट की विकास किया एक एक गली मेरी बनाई है हर चीज़ मेरे हत्था दी बनाई है ते जो भी मेरे साथी कहिंदे मैं उस वेले करके दिंदा जो बुलाउंदे मैं पहुँच जाना जो आना चाहते वेलकम करदा इस करके लोग वेट करते पे सी पांच साल तो किसी ने दर्शन भी नहीं दिते इन्होंने पुछो कोई एम एल ए आया नहीं पांच साल इस करके मुद्दा एको ही है मेरा काम मेरी डिवेलपमेंट मेरा लोगों के रहना एक्सैसीबिलिटी अवेलेबिलिटी लोगों का काम करना परिवार वागू मैं तो परिवार वागू काम किया विकास पुरश आखे तो जाता है पर ओपोजिशन कहती है इन्होंने अपना विकास करवाया लोगों का विकास नहीं किया ओपोजिशन का क्या होता जो मर्जी करी जान केड़ा अपना विकास कराया ये अपना ही विकास के हल्के का विकास हो गया अपना विकास टाइलों के बारे में भी इल्जाम लगते रहते हैं और बाहर जो प्रॉपर्टियां विदेशों में बनाई गई हैं बारे भी तुहाडे दिमाग च होगा हुण किसी के दिमाग च नहीं टाइलों टूलों सब हुण उही लगदियां पईयां दिमाग की गल नहीं कर रहा मैं ओपोजिशन की गल कर रहा ओपोजिशन कि ओपोजिशन है उन्होंने कहा लियाओ ना कि टाइलों उही लगदियां पईयां हुण कि फैक्ट्री मेरी फैक्ट्री दियां टाइलों लाते पे है कि सिद्धू की फैक्ट्री दियां ਇਹ ਬਕਵਾਸਬਾਜ਼ੀ 'ਚ ਕੁਛ ਰੱਖਿਆ ਨਹੀਂ ਗਾ ਲੋਕਾਂ ਨੂੰ ਸਮਝ ਆ ਗਈ ਆ ਚਾਰ ਕੋਨਾ ਮੁਕਾਬਲਾ ਹੈ ਇਸ ਵਾਰ ਇੱਕ ਪਾਸੇ ਅਨਿਲ ਜੋਸ਼ੀ ਨੇ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤੀਜੇ ਪਾਸੇ ਸੁਖਵਿੰਦਰ ਪਿੰਟੂ ਨੇ ਅਤੇ ਚੌਥੇ ਪਾਸੇ ਮੌਜੂਦਾ ਵਿਧਾਇਕ ਦੱਤੀ ਨੇ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਦਾ ਮੁਕਾਬਲਾ ਰਹਿਣ ਵਾਲਾ ਕਿਉਂ ਪੜੇ ਹੋ ਚੱਕਰ ਮੈਂ ਕੋਈ ਨਹੀਂ ਹੈ ਟੱਕਰ ਮੈਂ ਇਹ ਕੰਫੀਡੈਂਸ ਹੈ ਜਾਂ ਓਵਰ ਕੰਫੀਡੈਂਸ ਬੋਲਦਾ ਸਰ ਓਵਰ ਕਿਉਂ ਕੰਮ ਬੋਲਦਾ ਹੈ ਕਿਸੇ ਨੇ ਕੀਤਾ ਦੱਸ ਦਿਓ ਕਿਸੇ ਸੜਕ ਤੇ ਖਲੋ ਜਾਓ ਬਟਾਲਾ ਰੋਡ ਤੇ ਖਲੋ ਜਾਓ ਕਿੰਨੇ ਬਣਾਈ ਪੁੱਛ ਲਓ ਬੱਚਿਆਂ ਨੂੰ ਵੀ अनिल जोशी ने फतेहगढ़ चूड़िया रोड से खलो जो अनिल जोशी ने सर्कुलर रोड अनिल जोशी ने मजीठा रोड फोर लेन अनिल जोशी ने गंदे नाले वाली सड़क अनिल जोशी कंपनी बाग अनिल जोशी आनंद अमृत पार्क पार्क अनिल जोशी किसी सड़क से खलो जो किसी होर का ना कोई लूगा तो क्यों विकास करवाने के बावजूद पिछली बार तुम हार का मूँह वेखना पाया झूठ बोलिया इन्होंने सौं खाधिया गुटका साफ फट के लोगों नौकरी देन का लारा लाया करजे माफ़ करने दी गल्लां कीतियां मोबाइल देन दी गल्लां कीतियां इस करके सब झूठ हुण एक्सपोज हो गया हुण किसी दे चक्कर च आउणा नहीं लोकां ने सौं जिहड़ियां वा ओह मुक गईआं सौं दा वध तों वध सब तों वध जिहड़ा ना सौं दा इत्थे इतबार करदे पंजाबी ਹੁਣ ਸੌਂ ਜਦੋਂ ਖਾ ਕੇ ਮੁੱਕਰ ਗਏ ਤੇ ਗਰੰਟੀਆਂ ਗਰੰਟੀਆਂ ਵਾਲੇ ਤੇ ਐਵੇਂ ਹੀ ਤੁਰੇ ਫਿਰਦੇ ਆ ਗਰੰਟੀਆਂ ਤੇ ਅੱਜ ਵੀ ਕਈ ਪਾਰਟੀਆਂ ਦੇ ਰਹੀਆਂ ਨੇ ਕਈ ਪਾਰਟੀਆਂ ਹੋਰ ਵੀ ਐਲਾਨ ਵੀ ਕਰ ਰਹੀਆਂ ਨੇ ਉਹਨਾਂ ਬਾਰੇ ਕੀ ਕਹੋਗੇ ਉਹੀ ਆ ਹੁਣ ਉਹਨਾਂ ਦੇ ਇਤਬਾਰ ਨਹੀਂ ਨਾ ਹੈਗਾ ਜੋ ਸੌਂ ਵਾਲੇ ਮੁੱਕਰ ਗਏ ਤੇ ਬਾਕੀ ਤੇ ਕਿਸ ਚੀਜ਼ ਤੇ ਇਤਬਾਰ ਰਹਿ ਗਿਆ ਕੋਈ ਇਤਬਾਰ ਨਹੀਂ ਹੁਣ ਲੋਕਾਂ ਨੂੰ ਇੱਕੋ ਇੱਕੇ ਗੱਲ ਤੇ ਇਤਬਾਰ ਆ ਅਨਿਲ ਜੋਸ਼ੀ ਮੰਤਰੀ ਵੀ ਸੀਗਾ ਸਾਈਕਲ ਤੇ ਲੋਕਾਂ ਕੋਲ ਆਉਂਦਾ ਸੀ ਅਨਿਲ ਜੋਸ਼ੀ ਮਿਨਿਸਟਰ ਸੀ ਪਰਿਵਾਰ ਵਾਂਗੂ ਲੋਕਾਂ ਕੋਲ ਆਉਂਦਾ ਸੀ ਅਨਿਲ ਜੋਸ਼ੀ ਮੰਤਰੀ ਹੀ ਮੰਤਰੀ ਬਣ ਕੇ ਵਿਖਾਇਆ ਨਹੀਂ ਕਿਸੇ ਨੂੰ ਵਰਕਰ ਬਣ ਕੇ ਰਹਿੰਦਾ ਸੀ ਇਹ ਯਾਦ ਹੈ ਲੋਕਾਂ ਨੂੰ ਸੁਨੀਲ ਦੱਤੀ ਨਾਲ ਸਾਡੀ ਗੱਲ ਹੋਈ ਸੀ ਕਿ ਕਹਿੰਦੇ ਸੀ ਇਸ ਵਾਰ ਮਾਰਜਿਨ ਜਿਹੜਾ 25,000 ਦਾ ਹੋਏਗਾ ਉਹ 25,000 ਦੀ ਲੀਡ ਨਾਲ ਜਿੱਤਣਗੇ ਮੇਰੇ ਬਾਰੇ ਆਂਦੇ ਹਨ 25,000 ਦੀ ਲੀਡ ਨਾਲ ਜਿੱਤਣਗੇ ਕਹਿੰਦੇ ਸੀ ਪਿਛਲੀ ਵਾਰੀ 14,000 ਤੋਂ ਜਿੱਤੇ ਸੀ ਹੱਥ ਕੇ 25,000 ਦੀ ਲੀਡ ਰਹੂਗੀ ਨਾ ਮੇਰੇ ਬਾਰੇ ਕਹਿੰਦੇ ਹੋ ਵੀ ਆਲ ਓਵਰ ਕਹਿੰਦੇ ਬਈ ਜੀ ਉਹਨਾਂ ਨੇ ਕਿਹਾ ਸੀ ਵੀ ਆਲ ਓਵਰ ਜਿਹੜੀ ਮੇਰੀ ਜਿੱਤ ਹੋਊਗੀ 25,000 ਚਲੋ ਇਹ ਤੇ 10 ਤਰੀਕ ਨੂੰ ਲੋਕ ਦੱਸਦੇ ਪਏ ਆ ਲੋਕੇ ਇਹਦੇ ਬਾਰੇ ਮੈਂ ਉਹਨਾਂ ਦੇ ਬਾਰੇ ਨਹੀਂ ਕਹਿ ਸਕਦਾ ਮੈਂ ਤੇ ਲੋਕਾਂ ਬਾਰੇ ਕਹਿ ਸਕਦਾ ਲੋਕਾਂ ਨੇ ਮਨ ਬਣਾ ਲਿਆ ਵੀ ਕਿਸੇ ਨੂੰ ਹੋਰ ਨੂੰ ਮੂੰਹ ਹੀ ਨਹੀਂ ਲਾਉਂਦੇ ਪਏ ਨਾਰਥ ਵਿੱਚ ਕੈਡਰ ਨਹੀਂ ਆ ਅਕਾਲੀ ਦਲ ਦਾ ਇੱਕ ਪਾਸੇ ਬੀਜੇਪੀ ਦਾ ਕੈਡਰ ਹੈ ਪਰ ਪਿੰਟੂ ਜਿਹੜੇ ਨੇ ਉਹ ਤੁਹਾਨੂੰ ਸਿੱਧਾ ਟੱਕਰ ਦਿੰਦੇ ਨਜ਼ਰ ਆ ਰਹੇ ਨੇ ਕੀ ਤੁਹਾਡੀ ਵੋਟਾਂ ਖਰਾਬ ਕਰ ਸਕਦੇ ਕੁਛ ਨਹੀਂ ਆ ਲੋਕਾਂ ਨੂੰ ਪਤਾ ਲੋਕ ਬਹੁਤ ਸਿਆਣੇ ਆ ਵੇਸਟ ਆਫ ਵੋਟ ਅਨਵਾਂਟਡ ਰਿਜ਼ਲਟ ਲੈ ਕੇ ਆਉਂਦੀ ਹੈ ਜਿਹਨੂੰ ਨਹੀਂ ਲੋਕੀ ਚਾਹੁੰਦੇ ਇਸ ਕਰਕੇ ਲੋਕ ਵੋਟ ਵੇਸਟ ਨਹੀਂ ਕਰਦੇ ਲੋਕ ਜਿਹੜਾ ਜਿੱਤ ਰਿਹਾ ਉਹਨੂੰ ਹੀ ਵੋਟ ਪਾਉਂਦੇ ਆ ਅਤੇ ਫਿਰ ਉਹ ਜਿਹਨੇ ਕੰਮ ਕੀਤਾ ਹੋਵੇ ਸੁਖਬੀਰ ਬਾਦਲ ਵੀ ਆ ਰਹੇ ਨੇ ਤੁਹਾਡਾ ਇਲੈਕਸ਼ਨ ਕੰਪੇਨ ਕਰਨ ਵਾਸਤੇ ਆ ਰਹੇ ਨੇ ਕਿਸਾਂ ਦਾ ਮਾਹੌਲ ਰਹਿੰਦਾ ਔਰ ਪੰਜਾਬ ਦੀ ਗੱਲ ਕੀਤੀ ਹੋਵੇ ਤਾਂ ਤੁਹਾਡੀ ਉਹਨਾਂ ਨਾਲ ਗੱਲ ਹੁੰਦੀ ਹੋਣੀ ਹੈ ਕੀ ਮਾਹੌਲ ਪੰਜਾਬ 'ਚ ਚੱਲ ਰਿਹਾ ਪੰਜਾਬ 'ਚ ਅਸੀਂ ਸਰਕਾਰ ਬਣਾਉਣ ਜਾ ਰਹੇ ਹਾਂ 100% ਸਰਕਾਰ ਬਣੂਗੀ ਵੇਖ ਲਿਓ
एंड लोगों ने डिवेलपमेंट से आना तो डिवेलपमेंट अज तक श्रोमणी अकाली दल की सरकार तो अलावा किसी ने की नहीं। इसे जो पहुंचे हो अज इतने जसीन मो रोड पर पहुंचे हो किस का माहौल किस तरह लोगों का उत्साह क्योंकि बच्चे भी काफ़ी इतने देखे गए हैं झंडिया फड़ के तुरे फिर तुम देखो छोटे छोटे बच्चे भी मैं जानते हैं तो बच्चे उन्होंने जानते होंगे जो परिवारक हो मैं इन्हों परिवार का मैंबर हाँ मैं परिवारक तौर पर वेखते है इस करके हर कि कोई गलती किसी तरह की कोई जी है और लोग अणगहली नहीं करने वाले तो बहुत वीड्डी लीड ने जिताने वाले नवजोत कौर सिद्धू ने आख्या भी सीएम फेस जरा नवजोत सिंह सिद्धू जोड़े कि वह परफेक्ट सके जबकि चन्नी नू सीएम फेस उतार दिता कांग्रेस ने ये जम्मे परफेक्ट सके इस करके इन्हों को परफेक्ट लगता नहीं दुनिया तो इन्हों अपने आप में सब तो ज़्यादा सियाने वो अपनी घरवाली कही जाता वनू कही जाती कि होर कहे तो वा ना भी परफेक्ट है अकाली दल जरा वा वो पूरन बहुमत दे नाल सरकार बनाऊगा। अनिल जोशी जेडे की यासीन रोड पहुंचे हुए ने और टोर टोर कैंपेन कर रहे ने और इस दौरान उन्होंने अपने विरोधी पार्टी के भी तिखे निशाने साधे ने एक पासे अपनी जित की जी ऐलान दावा कर रहे हैं दूजे पासे आख रहे हैं भी पंजाब अंदर भी श्रोमणी अकाली दल बसपा जी गठबंधन सरकार बना जा रही है। कैमरा परसन मुकेश बावाना सिकंदर पसरीचा दैनिक सवेरा टीवी अमृतसर। अलीशा बेगम ना कोई चुनौती ना कोई इनाम सिर्फ कम नु सलाम वशीकरण करवाना होवे जा तुड़वाना होवे प्यार विच धोखा व्याह लई मां बाप दा नाम मनना कम उही जो सिर चढ़ के बोले इधर उधर ना पटको दुआ भी तकदीर बदल सकती है सोचन नाल नहीं फोन करन नाल दुख दूर होवेगा झूठे ते मिठे बन के लुटन वालियां तो सावधान हर समस्या दा हल तीन दिनां विच कीता जांदा है जे तुहाडी किस्मत च लॉटरी है तां इस नूं किवें प्राप्त कीता जावे सुपर स्पैशलिस्ट पतिया ते पत्नी विचकार दरार प्रेम व्याह नौकरी कारोबार विच रुकावट अदालती केस तलाक दा केस सौंकन दुश्मन तो छुटकारा पाओ लॉटरी सट्टा नंबर वशीकरण करवाना जां तुड़वाना बीमारी दवाई दा ना लगना अलीशा बेगम वर्ल्ड फेमस बाबा सलीम खान 21 बार गोल्ड मेडलिस्ट सारियां थामा तो निराश अते मायूस होने वाले एक बार फोन जरूर करो जिवें चाहोगे ओवें होएगा इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल वशीकरण अते मुठकरनी लव मैरिज सौतन अते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनपन जद उटोना मनमोहनी वशीकरण करवाओ जद तुड़वाओ रुसे नू मनाओ हुणे कॉल करो बाबा सलीम खान 98199 37467।